ਅੰਦੇ ਚਲੋ ਦੇਸ਼ ਬਦਲੀ ਦੀ ਵੀ ਕਦੀ ਹੋਈ ਆ ਰਾਜ ਬਦਲਦੇ ਹੋ ਬਾ ਦੇਸ਼ ਬਦਲ ਤਾਂ ਨਹੀਂ ਹੁੰਦੀ ਆ ਮੈਂ ਕਹਿੰਦਾ ਨਹੀਂ ਅੰਮਾ ਜੀ ਹਮ ਆਗੇ ਇਹ ਜਰੂਰ ਹੋਵੇਗੀ ਤੇ ਖੰਮਚਪ ਕਰਕੇ ਨਾ ਚਲੇ ਚੰਗੇ ਰਹਿਆ ਬੀ ਆਗੇ ਫੇ ਮੈਂ ਕਿਆ ਕਿਆ ਕਰਦੇ ਜਿਹੜੇ ਲੈਣਨ ਕੇ ਹਮੇ ਤੇ ਨਾਲੇ ਦੇ ਹਿੱਦ ਬਣਾ ਦੇ ਬਿੱਤ ਕੇ ਉਸਕੇ ਬਾਤੂ ਕੇ ਅੱਜ ਦੇ ਲੱਕੂ ਬਿੱਤ ਕੇ ਕਰਦੇ ਲੈ ਭਈ ਉਸ ਤੇ ਥੋੜੇ ਦਿਨ ਬਾਅਦ ਨਾ ਮਹੀਨਾ ਕਿੰਨਾ ਕਿੰਨਾ ਗਿਆ ਹੈਗਾ ਖਾਰੇ ਦੇ ਪੈਣਾ ਪੁੱਤਰ ਮਾਰੇ ਹਮਲਾ ਹੋਇਆ ਕਿਤੇ ਨਹੀਂ ਹੋਇਆ ਪਾਕਿਸਤਾਨੋਂ ਆਪਣੀਆਂ ਤੰਗੀਆਂ ਹਾਂਜੀ ਇਸਕੇ ਹਾਲੇ ਦੁਆਰੇ ਕਿਹੜੇ ਪਿੰਡ ਇਸਕੇ ਹਾਲੇ ਦੁਆਰੇ ਕਿ ਜੋ ਨਹੀਂ ਇਹ ਮੇਰੇ ਕੰਮ ਮਲਕਪੁਰ ਮਲਕਪੁਰ ਮਸ਼ਿੰਗਾਂ ਚੂਟ ਆਏ ਇਧਰਲੇ ਪਾਸੇ ਪੁੰਨਰਹੀੜੀ ਲਵੇ ਤਾਂ ਗਾਇ ਲੱਗਦੀ ਹੈ ਅੱਲਾਹ ਹਮਦੁਲਿਲਾ ਤੇ ਇਧਰ ਸਾਰੇ ਮੀਰਾ ਉੱਪਰ ਵੀ ਸਾਰੇ ਲਵੇ ਲਵੇ ਤੇ ਮਾਰੇ ਉਸ ਅਮੇ ਪੁੱਤਰ ਜਿਸ ਤਰ੍ਹਾਂ ਦੇ ਵਾਰ ਮਾਰੇ ਹਮਲਾ ਹੋਇਆ ਨਾ ਈਦਵਾਨ ਪੜੀਆ ਹਾਂ ਈਦ ਪੜ ਕੇ ਨਾ ਇਹ ਕੁਮਾਰੇ ਸਿੱਖ ਦਾ ਮਾਰੇ ਉਹ ਗੈਲੋ ਖਾਹੇ ਤਾਂ ਗੈਲੋ ਰ ਹੈ ਤੋ ਉਹ ਬੇਈਮਾਨ ਵਾ ਹੋਇਆ ਹੋਰ ਕੋਈ ਨਹੀਂ ਹੋਇਆ ਉਸਨੇ ਫਿਰ ਕੀ ਕਰਿਆ ਉਸਨੇ ਲੈਣੇ ਹਮਾਰੇ ਤੇ ਪਿੱਪੜੀਆਂ ਪਿੱਪੜੀਆਂ ਦੇ ਸੁਣਾ ਦੇ ਉਹਨਾਂ ਦੇ ਖਰੂਸ ਉਹਨਾਂ ਦੇ ਵਿੱਚ ਮਨ ਹਮੇ ਆਰਾਮ ਤੇ ਮਮ ਚਾਰ ਬੜਦੇ ਤੇ ਪਮ ਪੰਜ ਬੜ ਜਾਂਦੇ ਉਸ ਕੰਜਰ ਨੂੰ ਪਤਾ ਤਾਂ ਬਈ ਉਹ ਬੜਾ ਜਿਸ ਵੇਲੇ ਆਇਆ ਨਾ ਗਿਆ ਮਾਰਨੇ ਵਾਸਤੇ ਸਾਰੀਆਂ ਫੁਨੀਆਂ ਲੈ ਕੇ ਇਤਨਾ ਇਤਨਾ ਦਿਸਰਾਮ ਇਬਿਉ ਨਹਿਰ ਬਸ ਇਤਨੀ ਦੀ ਉਸਦੇ ਬਾਦ ਨਾ ਮਾਰੇ ਟੋਬਾ ਤੇ ਕਿ ਆਦਮੀ ਸੋਣੇ ਤੇ ਉਹ ਤੇ ਨਾ ਠੀਕੇ ਸੋਣੇ ਤੇ ਉਹ ਕਦੀ ਪਾਣੀ ਚ ਕੀ ਨਹੀਂ ਰਿਹਾ ਤੇ ਫਿਰ ਜਿਸ ਵਾਰ ਤੇ ਆ ਕੇ ਨਾ ਇਸਕਿੰਦੇ ਨੇ ਕਿਹਾ ਬਿਉਰੇ ਬੜ ਬੜੇ ਆ ਚਾਰ ਤੇ ਫਿਰ ਇਹਨਾਂ ਨੇ ਕਿਹੜਾ ਪਾ ਲੀਆ ਚਾਰ ਜਬੇ ਕਿਹੜਾ ਫਾੜਿਆ ਜਿਸਰ ਤੇ ਕਿਹੜਾ ਫਾੜਿਆ ਕਿ ਫਿਰ ਬੀਚਾ ਮੇਰੇ ਬਾਪੂਰ ਨੇ ਬੀ ਕਿਹੜਾ ਫਾੜਿਆ ਨਾ ਹਾਂ ਉਹਾਂ ਦੇ ਨਿਕਲੇ ਚਾਰੋ ਜਣੇ ਮੇਰਾ ਬਾਪ ਰੌਂਜਾਨ ਅਲੀ हसन ਮੇਰੇ ਚਾਚਾ ਮੇਰੇ ਤਾਏ ਸਾਰੇ ਨਿਕਲੇ ਨਾ ਜਿਸ ਵੇਲੇ ਉਹ ਖੁੱਡਾਂ ਦੇ ਵਿੱਚ ਹਤੇ ਬਸ ਫਿਰ ਮਗਰ ਚੜ ਕੇ 400 ਰੁਪਏ ਕਿਹੜਾ ਫਾੜਿਆ ਉਹਨਾਂ ਨੇ ਫਿਰ ਉਸੇ ਦਰਿਆ ਦੇ ਵਿੱਚ ਛਾਲਾਂ ਮਾਰੀਆਂ ਐ ਡਾਡਾ ਤੋਬਾ ਜਾ ਆਦਮੀ ਇਥਵਾਂ ਫਿਰ ਜਿੰਨਾ ਵਕਨ ਸਾਰਾ ਪਿੱਛੇ ਗਿਆ ਜਿੰਨਾ ਅਸਲਾ ਤਾਂ ਸਾਰੇ ਭੇਜੀ ਹੈ ਅੱਛਾ ਉਹ ਅੱਲਾਹ ਦੇ ਹੁਕਮ ਨਾਲ ਮੇਰੀ ਮਾਹਰ ਕਰਾਂਟੀਆਂ ਸਾਰੀਆਂ ਨਾ ਉਹਨਾਂ ਨੇ ਜਿਹੜੇ ਕਰਾਂ ਪਿਆ ਤੇ ਉਹ ਉਹਨਾਂ ਨੇ ਦਿਆ ਅੰਦਰ ਵੜ ਗਏ ਅੰਦਰ ਵੜ ਕੇ ਦੋ ਜਾਂ ਇੱਕ ਵਿੱਚ ਕਿਵੇਂ ਤੇ ਹਾਂ ਬੈਠ ਗਏ ਇੱਕ ਮਾਂ ਖਾਲੀ ਰਹਿ ਗਿਆ ਉਸਕੇ ਨਾਲ ਚਵਾਰੇ ਕੇ ਵਿੱਚ ਮਾਂ ਕੋਈ ਵੀ ਖੁੱਲੀਆਂ ਕਿਆਂ ਬਾਰੀਆਂ ਬਾਰੀਆਂ ਖੁੱਲਣ ਕਿਆਂ ਉਹਨਾਂ ਨੇ ਕੰਡੇਰਾਂ ਨੇ ਕਿਆ ਕਰਿਆ ਉਹਨਾਂ ਨੂੰ ਵੜ ਕੇ ਨਾ ਉਮੇਦਿਕ ਟਰੇਟ ਨੇ ਬਿਠੰਦਰ ਬੜੇ ਲਈ ਕਸ਼ਮੇ ਪੁੱਤਰ ਅਡੇ ਅਡੇ ਬਾਲੇ ਜਿਹੜਾ ਹੈ ਬੇ ਇਸ ਤਰ੍ਹਾਂ ਟੁੱਟ ਕੇ ਜਿਹਨਾਂ ਰੱਗੀ ਵੀ ਨਹੀਂ ਸੀ ਇੰਨੇ ਬੰਦੇ ਤੇ ਇੰਨੇ ਕੋਈ ਥੋੜੀ ਦੁਨੀਆ ਤੇ ਖਰਕ ਨਹੀਂ ਕਰਦੀਆਂ ਠੀਆਂ ਹਾਂਜੀ ਹਾਂ ਫੇਰ ਨਾ ਜਿਸ ਵੇਲੇ ਮਾਰੀ ਗਏ ਡੇਰੀ ਗਏ ਮੇਰੀ ਮਾਰੀ ਗਏ ਡੇਰੀ ਗਏ ਆਪਣੇ ਜੀਆਂ ਨੂੰ ਮਾਰਦੇ ਰਹੇ ਨਹੀਂ ਹਾਂ ਮਾਰਨ ਮਾਰਦੇ ਫੇਰ ਨਾ ਇੱਕ ਮਾਰੇ ਇੱਕ ਮਾਰੇ ਬੜੇ ਮੁਸ਼ਕਿਲ ਹੈ ਪੁੱਤ ਕਿ ਨਾ ਬੇ स जी क्या कर उसके पास ना चार बच्चा एक बच्चा होया था उसने क्या ने ने सौन उसी करूमा पानी फि अज कई कह लगे चाचा जी कल टूम पा फिर अज तू मारा दुश्मन मारा कह मनू ना चाचा चूचा कहो यो सा ਉੰਨੇ ਮਾਰਿਆ ਤਾਂ ਉਹਨੇ ਮਾਰ ਕੇ ਦੇਲ ਕਿ ਉਹਨੇ ਕੀ ਕਰਿਆ ਉਹਨੇ ਤੇ ਫਿਰ ਵੈਕੇ ਉਹਨਾਂ ਨੇ ਉਹਨਾਂ ਨੇ ਕੀ ਕਰਿਆ ਕੰਦਨ ਮਾਰ ਕੇ ਨਾ ਚਲਵਾਰ ਨਾ ਜੋ ਬੜੀ ਇਸਾਂ ਟਾ ਗਿਰਿਆ ਮੁੰਡਾ ਟਲੇ ਜਿਸ ਨੇ ਇਸਨੂੰ ਚੱਕ ਲਿਆ ਇਸ ਜੋ ਵੀ ਬੜੀ ਨੀ ਫਿਰ ਉਰੇ ਡਿਰੇ ਨਾ ਫਿਰ ਉਰੇ ਤੇ ਡਿਰੇ ਮੁੰਡਾ ਚੜੇ ਗਿਰ ਗਿਆ ਫਿਰ ਮਾਰ ਕੇ ਭੱਲਾ ਨਾ ਉੱਪਰ ਛੱਤ ਤੇ ਮਾਰੇ ਮਹਾਜਿਤ ਕੀ ਗੇਲ ਉੱਥੇ ਅੱਗ ਲਾ ਕੇ ਨਾ ਉਸਕੇ ਪਰਦੇ ਆਪਣੇ ਫਿਰ ਵਾਵਾ ਜੀ ਵੱਡੇ ਗਏ ਵੱਡੇ ਵਾਹਣੇ ਛੱਤ ਜਨਾਜ਼ੇ ਫਿਰ ਸਤ ਜੀ ਵੱਡੇ ਸਤ ਜੀ ਵੱਡੇ ਮੈਂ ਬੂਹਾ ਕੇ ਪੜ ਲੇ ਕੇ ਤੇ ਸਾਰੀ ਮਾਰ ਦੇ ਫਿਰ ਉਹ ਚੜਿਆ ਨਾ ਮਸ਼ੀਨ ਜਵਾਨ ਖਾਨ ਨਹੀਂ ਪਰਨ ਫਿਰ ਮੈਂ ਜਿੱਦ ਕੇ ਉੱਪਰ ਨਾ ਜਿਹहां ਮੇਰੇ ਬਾਪੂ ਹਰ ਬਟੇ ਤੇ ਉੱਪਰ ਮਾਰਾ ਜਵਾਰਾ ਦਾ 3-4 ਮਜਲੀ ਬਰ ਉਹਨੇ ਜਾ ਕੇ ਬਾਰੀਆਂ ਤੀਆਂ ਇੱਕ ਨਾ ਉਸ ਨੇ ਕਿਹ ਗਾਂਜ ਮਸ਼ੀਨ ਅੱਛਾ ਵਾਂਗੋਂ ਸੇ ਲਾਈ ਜਿਸ ਵੇਲੇ ਲਾਕਨ ਗੰਦੇ ਸੀਨ ਗਦਰ ਉਰੇ ਪਾਣੀ ਬਿਜੇ ਮੈਂ ਮਰ ਗਏ ਫਿਰ ਗੰਦੇ ਸੀਨ ਤੇ ਮੀਨਾ ਹੈ ਜੀ ਦੇ ਮੈਨੂੰ ਖਿੱਚੇਗਾ ਗੱਲ ਖਿੱਚੇਗੀ ਹਾਂ ਹਾਂ ਮੇਰੇ ਗੱਲ ਖਿੱਚੇ ਦੇਖਾ ਫਿਰ ਬਾਪੂ ਪਰ ਉਸਤਾ ਹੈ ਜੇ ਸੁਭਾਤ ਉਹ ਸੁਣਨੇ ਲੱਗੇ ਨਾ ਨਿਊਜ਼ ਕਰਕੇ ਬੈਠਣ ਹਾਂ ਵੀ ਬੈਠਿਆ ਤੇ ਉਸਨੇ ਨਾ ਕਿਲਾਈ ਨਾ ਗੋਲੀ ਨਿਊ ਸਾਹਮਣੇ ਮੇਰੇ ਬਾਪੂ ਦੇ ਮੇਰੇ ਘਰ ਦੇ ਬਾਹਰ ਤੇ ਉਸਨੇ ਉਹਨੇ ਤਾਂ ਨਹੀਂ ਕੋ ਪੱਕੇ ਤੇ ਡਿਨਾ ਮਰ ਬੀੜੇ ਤੋਂ ਜਾਂਦ ਗਿਆ ਤਾਂ ਉਹਨੇ ਮਾਰਨ ਫੇਨਾ ਜੂ ਬਜਾ ਕੇ ਉਸੇ ਤੂਟੇ ਰੀਦਨ ਖੱਲੇ ਪਾ ਲਾ ਨਾ ਵਹੀ ਹੋਇਆ ਕੰਦਰ ਜਿਹੜੇ ਮੇ ਮਾਰੇ ਮਾਰਨ ਵਾਲੇ ਲੱਗ ਮਾਰਨ ਵਾਲੇ ਲੱਗ ਫਿਰ ਉਹ ਨਾ ਨਾ ਮਸੀਤ ਕੇ ਡੇ ਡੇ ਬਣਾ ਦੇ ਨਾ ਤੇ ਪਨ ਖੇਚ ਕੇ ਨੇ ਟਲੇ ਟਾਰ ਲਿਆ ਟਾਰ ਕੇ ਨਾ ਅੱਗੇ ਪਿੱਛੇ ਪਿੱਛੇ ਮੇਰੇ ਹੱਡੇ ਹੋ ਅੱਗੇ ਅੱਗੇ ਸਾਰੀਆਂ ਗੱਡੀਆਂ ਨੇ ਮਰੇ ਤਾਂ ਬੀੜੇ ਦਾ ਨੀ ਬੀੜੇ ਤੇ ਵਿਚੇ ਲੰਗੇ ਫਿਰ ਅੱਗੇ ਦੂਰ ਜਾ ਕੇ ਨਾ ਫਿਰ ਲੱਗੇ ਕਹਨੇ ਮਾਰੇ ਨਾ ਪਾਂਦੇ ਹਾ ਪਾਣਾ ਜਿਆ ਕੋਪਾ ਹੀ ਦਿਖਾਉਂਦਾ ਫਿਰ ਉਹ ਲੋਕਾਂ ਗੰਬੀਰ ਮੇਰੇ ਪੁੱਤ ਨੂੰ ਮਾਰਦੇ ਬਸ ਫਿਰ ਉਹ ਜਾ ਕੇ ਨਾ ਉਸ ਸੌਣ ਕਾ ਦੀ ਕੋ ਇੱਕੋ ਤਾਂ ਉਸ ਤਾਂ ਇੱਕੋ ਤਾਂ ਉਹ ਤੂੰ ਤਾਂ ਚੜਾ ਰਿਹਾ ਮਾਰ ਰਿਹਾ ਅੱਛਾ ਮਾਰਨ ਵਾਲਾ ਆਪਣੇ ਪਿੰਡ ਕਾ ਹੀ ਸੌਣ ਦਾ ਹਾਂ ਨਹੀਂ ਪਿੰਡੇ ਲਵੇ ਕਾ ਅੱਛਾ ਲਵੇ ਕਾ ਸਿੱਕ ਕਾ ਪੁੰਨ ਰੇੜੀ ਕਾ ਸਿੱਕ ਕਾ ਪੁੰਨ ਨਾ ਰੇੜੀ ਕਾ ਕਾ ਸਿੱਕ ਕਾ ਰਹਿ ਤਾ ਮਾਰੂ ਸੌਣ ਨਾ ਦਾ ਸੌਣ ਨਾ ਦਾ ਸੌਣ ਕਲੀ ਮਤਲਬ ਆਪਣੇ ਹੀ ਘਰ ਰਹਿਣ ਵਾਲਾ ਨਮਕ ਹਰਾਮ ਹੋ ਗਿਆ ਹਰਾਮ ਹਰਾਮ ਹੋ ਗਿਆ ਆਈ ਦ ਫੜ ਕੇ ਗਿਆ ਭਰਾ ਕੇ ਗਿਆ ਦੇਖ ਕੇ ਜਖਾਨੇ ਕਿ ਮਾ ਪੰਨਿਆਂ ਦੀ ਆ ਕਿ ਕਿਥਾਂ ਆ ਉਹ ਹਲੇ ਜੋ ਜਾ ਕੇ ਅੰਦਰੋਂ ਆ ਕੇ ਮੱਤ ਤੇ ਕੇਹਾ ਅੰਦਰੋਂ ਮਰ ਜੂਗਾ ਭਈਆਂ ਜਾ ਕੇ ਨਹੀਂ ਬਾਸ ਤੇ ਜਿਸ ਵਾਰ ਉਹ ਫਿਰ ਪਿੱਛੇ ਪਿੱਛੇ ਗਏ ਆ ਫਿਰ ਮਨ ਨਿਕੜ ਗਏ ਵਾਜੂ ਦਾ ਪੀ ਬੀੜ ਚ ਉੱਤੋਂ ਪਿੰਡ ਮਾ ਤੇ ਕਿਹੜੇ ਟਾਈਮ ਨਿਕਲੇ ਤੇ ਆਪਣੇ ਪਿੰਡ ਮਾ ਤੇ ਮਰ ਪਿੰਡ ਮਾ ਸੁਬੇਰੀ ਅਗੇ ਤੂ ਬੁੱਤ ਅੱਛਾ ਸੁਬੇਰੀ ਅਗੇ ਤੇ ਕਿਆ ਕਿਆ ਚੱਕਿਆ ਤਾ ਘਰਾਂ ਦੇ ਤੇ ਕੋਈ ਨਹੀਂ ਕੋਈ ਕਿਸੇ ਕੇ ਮਾਰੇ ਉਹਨਾਂ ਕੋਈ ਸ਼ੈ ਨਹੀਂ ਕੀਤਾ بس ਬੰਦੇ ਮਾਰਦੇ ਬਸ ਮੰਨਦੇ ਮਾਰਦੇ ਹਮਾਰੇ ਤਾਂ ਸਾਰੇ ਬਾਹਰ ਨਿਕਲ ਗਏ ਈ ਬੀੜ ਮੇ ਬੀੜ ਮਾ ਨਿਕਲੇ ਜਿਹੜੀਆਂ ਰਹਿ ਜੂਂਦੀ ਕਹਾਂ ਉਹ ਹੀ ਮਾਰਦੇ ਆ ਕਿੰਨੇ ਕੁ ਜੀ ਮਾਰ ਗਏ ਸੱਤ ਮਰੇ ਆਪਣੇ ਜੀ ਹਾਂ ਸੱਤ ਮਰੇ ਫਿਰ ਉਹਨਾਂ ਕੇ ਜਨਾਜ਼ੇ ਵੀ ਹੋਏ ਹਾਂ ਹਾਂ ਬੀ ਬੀ ਹੋਇਆ ਤੇ ਗੁਲੇ ਤੇ ਆਇਆ ਫਿਰ ਅੱਛਾ ਗੁਲੇ ਕੇ ਆਇਆ ਇਹ ਬੜਾ ਅਫਸਰ ਜੇ ਤਿੰਨ ਹਜ਼ਾਰ ਕੇ ਜਾਣੀ ਤਨੂ ਮਾਰ ਕੇ ਹਮ ਤਾਂ ਬੁੱਤ ਮਾਰੇ ਤਾਂ ਪਿੰਡ ਮਾ ਪੂਰੀ ਦਾ ਸਵਾਰ ਨਹੀਂ ਨੰਨਦੇ ਇਹਦੇ

ਜਿਹੜੇ ਜੁੱਤੀਆਂ ਬਣਾਉਂਦੇ ਇਹਨਾਂ ਕਿ ਇੱਕ ਨੌ ਯਾਦ ਆ ਕੋਈ ਦੂਸਰੇ ਜਿਹੜੇ ਚਾਰ ਘਰ ਤੇ ਉਹਨਾਂ ਕੇ ਨਾਮ ਮੈਂ ਦੱਸੀਆਂ ਕਿ ਇਹਾਂ ਦੇ ਵਤੂ ਗੁਣ ਉਹਨਾਂ ਕੇ ਨਾਮ ਵੀ ਨਹੀਂ ਯਾਦ ਆਪਣੇ ਪਿੰਡ ਮਾ ਉਦੋਂ ਲੰਬੜਦਾਰ ਕੌਣ ਹੋਵਾ ਮੇਰਾ ਪੂਰੇ ਇਹ ਜੱਗ ਜੱਗ ਰਹਿਤ ਹੋ ਨੂਰੂ ਲੰਬੜਦਾਰ ਨੂਰੂ ਲੰਬੜਦਾਰ ਅੱਛਾ ਉਹ ਹੋਵਾ ਸੀ ਪੀਰ ਦਾ ਲੰਬੜਦਾਰ ਵਾਲੀ ਹੋਤਾ ਤੇ ਸਕੂਲ ਹੈ ਤਾਂ ਅਮਾ ਆਪਣੇ ਪਿੰਡ ਮੈਂ ਮੈਂ ਇੰਦੇ ਮਾਰਦਾ ਆ ਪਰ ਇਹ ਸਕੂਲ ਮੰਗਿਆ ਮਾਰਾ ਅਸਲਾ ਤਾਂ ਉਹ ਹੀ ਸਕੂਲ ਪੜਾ ਬੈਠਾ ਹੋਇਆ ਹੀ ਮੇਰੇ ਰਸਮਾਣੇ ਦੇ ਸਮਾਣੇ ਦਾ ਸਮਾਣੇ ਦਾ ਫਤੀ ਮਾਮਾ ਤੇ ਅਮਾ ਆਪਣਾ ਪਿੰਡ ਜਿਹੜਾ ਦਾ ਉਸ ਤੇ ਪਟਿਆਲਾ ਕਿੰਨੀ ਦੂਰ ਤਾਂ ਉੱਤੇ ਤਾਂ ਬੈਠ ਕਿੰਨੀ ਦੂਰ ਕਦੀ ਗਏ ਤੇ ਛੋਟੇ ਉੱਤੇ ਪਟਿਆਲਾ ਮਾਰੇ ਆਪਣੇ ਤੰਗ ਚੱਲੀ ਨੇ ਅਰੇ ਲਾ ਕਾ ਵਾਜੀ ਜੀ ਮਾਰਾ ਦਾਵਿੰਦਰ ਬਾਪਾ ਨੱਕ ਰੱਖੇ ਬਿਚ ਅੱਛਾ ਹਾਂ ਜੀ ਹਾਂ ਵਾਹ ਜੀ ਵਾਹ ਜੀ ਵਾਹ ਹਾਂ ਅਮਜਾ ਦੂਰਾ ਆ ਗਏ ਤੇ ਪਾਕਿਸਤਾਨ ਮੈਂ ਫਿਰ ਕਦੀ ਖਾਬ ਮੈਂ ਆਪਣਾ ਪਿੰਡ ਨਹੀਂ ਦੇਖਿਆ ਖਾਬ ਮੈਂ ਮੇਰੇ ਬਾਬ-ਪਾਪ ਗਏ ਗਇਆ ਤਾਂ ਹਾਂ ਜੀ ਵਾਹ ਜੀ ਵਾਹ ਮੇਰੇ ਬਾਬ-ਪਾਪ ਗਏ ਕੀ ਦੱਸਾਤਾ ਫਿਰ ਪਿੰਡ ਦੇ ਬਾਰੇ ਮੈਂ ਕਹਿੰਦਾ ਬੀਠੇ ਤੇ ਵੀ ਝੜਕਾਂ ਬਣ ਗਈਆਂ ਨਿਕੜ ਗਈਆਂ ਜਦੋਂ আর ਜੁੜਕਾਂ ਕਹਤੋ ਜੁੜਕਾ ਬਣ ਗਏ ਇਹਨਾਂ ਤੇ ਪਿੰਡ ਤੇ ਬਹੁਤ ਅੱਛਾ ਬਣਾਵਾ ਹੋ ਗਿਆ ਦੁਨੀਆ ਇਹਨਾਂ ਦਾ ਪਿੰਡ ਤਾਂ ਝੁੜਕਾਂ ਤਾਂ ਨਾ ਥਾਰਾ ਕਿਹੜਾ ਦਾ ਮਨ ਟੰਗੀਆਂ ਦਾ ਤਾਂ ਦੀਆਂ ਨੇੜੇ ਨੇੜੇ ਹੀ ਤੇ ਨੇੜੇ ਨੇੜੇ ਕਿੰਨੇ ਦੇ 2-4 ਮੀਲ ਬਚੇ ਕਿੰਨੇ ਅੱਛਾ ਇਹਨਾਂ ਦਾ ਗੁੱਤ ਮਰੇ ਬੁੜੇ ਮਾਦੀ ਰਾ ਕੋਲੂ ਪਰਗੇ ਨਾ ਬਿਲੈ ਜਮਾਰਨ ਲੱਗ ਗਿਆ ਜਦ ਜੇ ਚੰਦ ਆ ਗਿਆ ਅੱਛਾ 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 ਸਾਰੇ ਹਿੰਦੂਆਂ ਦੇ ਤੇ ਆਪਣਾ ਜਿਹੜਾ ਉਸਤਾਦ ਪੜ੍ਹਾਏ ਕਰੇ ਤਾਂ ਉਸ ਦਾ ਨਾਮ ਕੀ ਆਤਾ ਫਤਿਹ ਮੁਹੰਮਦ ਫਤਿਹ ਮੁਹੰਮਦ ਹਾਂਜੀ ਫਤਿਹ ਮੁਹੰਮਦ ਉਹ ਫਿਰ ਕਹਾਂ ਆਏ ਤੇ ਉਰਾ ਬੈਠੇ ਤੇ ਮੈਂ ਮਰ ਗੇ ਪੂਰਾ ਲੱਦੇ ਵਾਲੇ ਮੈਂ ਹਾਂ ਲੰਡੇ ਆ ਮੈਂ ਦਿਆ ਰਹੇ ਮੈਂ ਮੈਂ ਜਾ ਨਹੀਂ ਮੈਂ अपना जेड़े ਪਿੰਡ ਕੇ ਲੋਕ ਤੇ ਸਾਰੇ ਉਹ ਕਹਾ ਕਹਾ ਬੈਠੇ ਆ ਮਾਸ਼ਾਅੱਲਾ ਪਿੱਤੇ ਨਹੀਂ ਗਏ ਦੇ ਸਾਰੇ ਮਢਾਲਿਆਂ ਕੋ ਤਿੰਨ ਚਾਰ ਕਰ ਵਾ ਜੱਡਰ ਜੱਕਾ ਬਸ ਹੋਰ ਪਿੱਤੇ ਨਹੀਂ ਮਾਰੇ ਸਾਰੇ ਥਾਂਦਿਆਂ ਮਢਾਲੇ ਵਿੱਚਾਂ ਥਾਂਦਿਆਂ ਕੇ ਸਾਰੇ ਲੋਕ ਮਢਾਲੇ ਵਾ ਜੀ ਵਾ ਅੱਛਾ ਮੇਰੇ ਬਾਪੂ ਨੇ ਜਾਣਨ ਦਿਆ ਫਿਰ ਆਪਣੇ ਥਾਂਦਿਆਂ ਮੈਂ ਤੇ ਨਿਕਲ ਕੇ ਤੇ ਕਹਾ ਗਏ ਤੇ ਫਿਰ ਕੈਂਪ ਲੱਗ ਗਿਆ ਤਾਂ ਨਾ ਨਾ ਪਿੰਡ ਵਾਂ ਜਾ ਕੇ ਬੜੀ ਜਿਹਾ ਬੁੱਤਰ ਅੱਛਾ ਇਹਨਾਂ ਵਗੈਰਾ ਤੇ ਨਾ ਫਿਰ ਕਿੰਨੀ ਦੇਰ ਰਹੇ ਮਸ਼ੀਨਗਰ ਮਸ਼ੀਨਗਰ ਕਿੰਨੇ ਦੇਰ ਰਹੇ ਅੰਦਰ ਤੜਕੇ ਨੂੰ ਆਵੇ ਜਾਨ ਹੋਈ ਨਹੀਂ ਔਰ ਆਗੇ ਦੁਸ਼ਮਣ ਆ ਗਏ ਨਹੀਂ ਇਤਨਾ ਤਰਾਂ ਚੰਗੇ ਤੇ ਆਣ ਲੈ ਤੋ ਬਸ ਤੋ ਫਿਰ ਬਸ ਤੋ ਫਿਰ ਤੇ ਜਿੱਤੇ ਸੂਰਜ ਚੰਦੇ ਜਾ ਰਹਾ ਪੁੱਤਰ ਕਿੰਨੀ ਗੋਲੀਆਂ ਇੱਕ ਗੋਲੀ ਕੋਈ ਦੁਨੀਆ ਥੋੜੀ ਦੀ ਇੱਕ ਦੀ ਗੋਲੀ ਅੱਛਾ ਹਾਏ ਹਾਏ ਬਹੁਤ ਲੋਕ ਤੇ ਬਹੁਤ ਕੋਈ ਹਿਸਾਬ ਨਹੀਂ ਇਧਰ ਮਾਜਰੀ ਤੇ ਪੁੱਤਰ ਸਾਰੇ ਸਾਹਿਬ ਨੇ ਜਿਹੜੇ ਅਲਹਮਦੁਲਿਲਾ ਇੱਕ ਮਾਂ ਨੂੰ ਅੱਲਾ ਨੇ ਮੈਂ ਦਾਦ ਦੇ ਦਿੱਤੀ ਇੱਕ ਮਾਂ ਜਿੱਦ ਕੇ ਵਿੱਚ ਮੈਂ ਅੱਛਾ ਮਾਂ ਜਿੱਦ ਮੈਂ ਅਮਨਦਾਰ ਦੇ ਦਿੱਤੀ ਕਿ ਚਾਰ ਬਜ਼ੁਰਗ ਆਏ ਅੱਛਾ ਚਾਰ ਨਾ ਉਸ ਚਾਰੋਂ ਖੰਡ ਉਹਨਾਂ ਪਰ ਬੈਠੇ ਆ ਵਾਹ ਜਦ ਮੈਂ ਗੋਲੀ ਮਾਰਨ ਤੇ ਸੱਥਰੇ ਕੇ ਸੱਥਰੇ ਜੁ ਦੇ ਇਹ ਮਸ਼ੀਨਗਣ ਮਾਂ ਮਸ਼ੀਨਗਣ ਕੇ ਜਾਂ ਫਿਰ ਉਹਨਾਂ ਨੇ ਖੂਬ ਭਰ ਦਿੱਤਾ ਪਰਾਂ ਅੱਛਾ ਹਾਂ ਖੂਬ ਭਰ ਦਿੱਤੀ ਹਾਂ ਫਿਰ ਜਦ ਮੈਂ ਮਰਤਾ ਮਾਰਿਆ ਨਾ ਮਾਰੇ ਮੇਰੇ ਭੈਣ ਦਾ ਹਰ ਕਿਹ ਹਮੇ ਤੂਹ 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 ਕਹ ਹਮ ਰਹਤਾ ਤਾਇਆ ਪੁੱਠੀ ਮਸਿੰਗ ਮਾਜੀ ਡਿਕੇ ਵਿੱਚ ਗੋਲੀ ਲੱਗੀ ਸੀ ਉਹਨਾਂ ਨੇ ਵੇਲਾ ਉਹਨਾਂ ਨੇ ਸੀ ਡਿਕੇ ਰੇ ਫਿਰ ਕਿਸੇ ਨੇ ਮਗਾ ਕੇ ਉਹ ਉਸਾਇ ਦਾ ਕੋਈ ਨਹੀਂ ਕੁਆੜੀ ਗੱਲ ਕਰ ਰਿਆ ਆਂਡਿਆ ਤੇ ਫਿਰ ਗੋਲੀ ਆ ਕੇ ਮਰ ਪਾਇਆ ਫਿਰ ਪਿਆ ਕੇ ਦੇਖੀ 200 ਬਟ ਜਾ ਕੇ ਹਾਂ ਦੇਖ ਕੇ ਆਇਆ ਹੱਲਾ ਬੰਦਿਆਂ ਕੋਲ ਪਰ ਉਹ ਮਰ ਕੇ ਜਾ ਕੇ ਹਾਂ ਬੈਠਾ ਹੋਇਆ ਸੀ ਉਹਨੂੰ ਬਿਚਾਰਾ ਕਰ ਉਹ ਤਾਂ ਫਸਾ ਲਗਾ ਇਹ ਕੋਈ ਕਹਿੰਦੇ ਮਾਂ ਮਾ ਪਗੜਾ ਤਨ ਕੁਸਾਂ ਤੇ ਅੱਛਾ ਫਿਰ ਅੱਲਾ ਕੀ ਕੁਦਰਤ ਦੇਖੋ ਹਮ ਅਲਹੰਦ ਬੀਲਾ ਫਿਰ ਅੱਲਾ ਨੇ ਬਾਰਸ਼ੇ ਪਾਈ ਅੱਛਾ ਜੀ ਹਮ ਇੱਕ ਵਾਰ ਸੇ ਪਾਈ ਉਹ ਕਿ ਫਿਰ ਰੱਬ ਨੇ ਉਹਨਾਂ ਨੂੰ ਆਣੋ ਨਹੀਂ ਦਿਆ ਫਿਰ ਮੈਂ ਸਿੰਘਣ ਤੇ ਕਿੱਧਰ ਨੂੰ ਗਏ ਤੇ ਅਮਾ ਹਾਂ ਜਿੰਸੀਆਂ ਜਿੰਸੀਆਂ ਮਿਆਰ ਚ ਜਾ ਮਿਆਰ ਚ ਜਾ ਤਨ ਮਾ ਬਗਰਾ ਇਹਦੇ ਵਿੱਚ ਹੀ ਕਰੀ ਅੱਛਾ ਕੈਂਪ ਕਿੱਥੇ ਲੱਗਿਆ ਦਾ ਉਹੀ ਦੇਖ ਮਿਆਰ ਚ ਜਿੰਸੀਆਂ ਫਿਰ ਮਾਰੇ ਅੰਬਾ ਇਹ ਆ ਕੇ ਲੱਗਿਆ ਅੰਬਾਲਾ ਵੀ ਰਿਹਾ ਕੰਮ ਹਾਂ ਜੀ ਅੰਬਾਲਾ ਵੀ ਰਿਹਾ ਮੈਂ ਮੈਂ ਕੀ ਆ ਹੋਵਾ ਤਾਂ ਕੈਂਪ માં ਰੋਟੀ ਪਾਣੀ ਕੈਂਤ ਰੋਟੀ ਤੇ ਪਾਣੀ ਗਾ ਆਪਣੀ ਆਪਣੀ ਪਕਾਣ ਅੱਛਾ ਹਾਂ ਜੀ ਕਿ ਨਹੀਂ ਕਿੰਨੇ ਤੇ ਜਿਹੜੇ ਕੋਈ ਨਿਕਲੇ ਤਾਂ ਉਸ ਨੂੰ ਇੱਕ ਕੁੜੀ ਕਨੀ ਤੇ ਨਹੀਂ ਇਤਨਾ ਗਾਫਲਾ ਦੁੱਖ ਛੋੜਿਆ ਪੁੱਤਰ ਕਿੰਨੇ ਕੁ ਲੋਕ ਹੋਣੇ ਉਹ ਕੋਈ ਸਾਮੇ ਨਹੀਂ ਤਾਂ ਜੂ ਇਹ ਕੁੜੇ ਦੇ ਮੁਖੜੇ ਚਲੀ ਆ ਤੇ ਕੋਈ ਧੀ ਨੀ ਜਾ ਕੇ ਅੱਗੇ ਜਾ ਕੇ ਨਾ ਇੱਕ ਗੱਡਾ ਲੱਗੇਗਾ ਸਾਰੀ ਰਾਤ ਸਾਰਾ ਦਿਨ ਨਹੀਂ ਤੇ ਮਾ ਫਿਰ ਕਿੰਨੇ ਕੁ ਦਿਨ ਮ ਆਗੇ ਤੇ ਮ ਬਾਲੇ ਤੋਂ 14 ਦਿਨ 14 ਦਿਨ ਲੱਗੇ ਹਾਂ 14 ਦਿਨ ਲੱਗੇ ਬਿੱਕਰ ਇੱਕ ਗੱਡਿਆਂ ਭਾਈ ਹਾਂ ਗੱਡਿਆਂ ਪਰ ਅੱਛਾ ਆਪਣੀ ਉਮਰ ਕਿੰਨੀ ਸੀ ਤੇ ਜੀ ਮੇਰੇ 10 ਸਾਲ ਸੀ 11 ਅੱਛਾ 10 11 ਸਾਲ ਹੂੰ ਹੂੰ ਫਿਰ ਆਗਾ ਲੱਦੇ ਵਾਲੇ ਬਸ ਗਏ ਤੇ ਇਹ ਨਾ ਲਾਉ ਰਹੇ ਲਾਉ ਰਹੇ ਗਏ ਮਿੰਨਾ ਲਾਉ ਰਹੇ ਫਾਦਰ ਅੱਛਾ ਖੁੰਜੁਰਾਲੀ ਆਏ ਸੀ ਮੈਂ ਫਿਰ ਵਹਾਂ ਤੇ ਪੂਰੇ ਤੇ ਫਿਰ ਦੁਨ ਵਾਲਿਆਂ ਦੇ ਦੁਗਣਾ ਆਏ ਰਹੇ ਤੇ ਦੁਗਣਾ ਲੱਗੇ ਆਪਣੇ ਕੋਲ

ਅੱਛਾ ਇਹ ਵੀ ਫਰਾਗਾ ਹੈ ਉੱਪਰ ਉਹਦੇ ਮਾਰਿਆ ਨਾ ਬੱਲਾ ਠੀਕ ਹੈ ਨਾ ਹੁਣ ਮਾਰਦੀ ਅੱਛਾ ਉੱਥੇ ਵੀ ਮੁਸੀਬਤਾਂ ਦੇਖੀਆਂ ਇੱਥੇ ਵੀ ਦੇਖੀਆਂ ਹਾਂ ਜੀ ਜਾ ਕੇ ਦੇਖੀ ਤੇ ਮਧਿਆ ਮੰਡਿਆਲਾ ਜਿਹੜਾ ਹੈ ਉਜੜਿਆ ਹੋਇਆ ਤਾਂ ਜਦ ਆਏ ਨਹੀਂ ਵਿੱਚ ਕੋਈ ਨਹੀਂ ਉਜੜਿਆ ਵਾ ਕਹਿੰਦਾ ਤੇ ਬਾਕੀ ਇਹ ਸੂਰੇ ਵਾਲੇ ਨੇ ਜਿਹੜੇ ਕਿ ਨਿੱਕੀ ਨਿੱਕੀ ਫਿੰਦ ਨੇ ਲੱਭ ਲੱਭ ਕੇ ਇਹ ਸਾਰੇ ਵਿੱਚ ਬੜ ਰਹੇ ਬੱਚੇ ਵੀ ਤੇ ਅੱਛਾ ਹਾਂ ਹਾਂ ਬੱਚੇ ਵੀ ਦੇ ਵਿੱਚ ਆਪਣਾ ਜਿਹੜੇ ਪਿੰਡ ਕੇ ਲੋਕ ਤੇ ਉਹ ਫਿਰ ਸਾਰੇ ਮੰਡਿਆਲੇ ਆ ਗਏ ਸਾਰੇ ਮੰਡਿਆਲੇ ਆ ਗਏ ਮਾਰੇ ਤੋਂ ਚਾਰੋ ਕਾਂਡੇ ਕਰ ਹਮ ਚੱਦਿਆ ਕਰੇ ਫਿਰ ਤੈਨ ਸਾਰੀ ਡਣੇ ਆ ਵਾਜੀ ਹਾਂ ਜੀ ਹਾਂ ਜੀ ਤਾਂ ਵਿਆਹ ਕਦ ਹੋਇਆ ਤਾਂ ਫਿਰ ਫਿਰ ਕਿੰਨੇ ਚ ਵੇਚ ਕੇ ਆ ਕੇ ਕਾਂ ਖਾਲਵਾ ਕਿੰਨੇ ਕੁ ਸਾਲ ਬਾਅਦ 3-4 ਸਾਲ 4-5 ਸਾਲ ਬਾਅਦ ਅੱਛਾ ਉਹ ਵਿਆਹ ਤੇ ਵਿਆਹ ਕਾ ਫਿਰ ਉਰਾ ਆਗੇ ਹਾਂ ਜੀ ਆ ਕੇ ਲੱਦੇ ਆਗੇ ਤੇ ਆਪਣੀ ਹੋਰ ਭੈਣਾ ਵੀ ਹੈ ਹਾਂ ਮੈਂ ਤਾਂ ਮਾਰ ਗਿਆ ਚਾਰੀਆਂ ਮੈਂ ਹੀ ਰਹਿ ਗਈ ਅੱਛਾ ਆ ਫਿਰ ਭੈਣਾਂ ਕਿੰਨੀਆਂ ਅੱਠ ਪੈਣਾ ਭਾਈ ਕਿੰਨੇ ਤੇ ਕੋਈ ਨਹੀਂ ਤਾਂ ਟਿੱਕ ਟਾਂਡਿਆਂ ਦੇ ਰੱਖਿਆ ਮਰ ਗਿਆ ਕਹਾਂ ਮਰਿਆ ਤਾ ਜਿਹੜੇ ਜਹਾਂ ਆਪਣੀ ਪਾਕਿਸਤਾਨ ਮਾਣਨਾ ਸਕੂਲ ਵਿੜਾ ਰਹਿ ਗਿਆ ਉੱਥੇ ਮਰ ਗਿਆ ਕਿਸ ਤਰ੍ਹਾਂ ਮਰਿਆ ਤਾ ਮੈਂ ਜਤ ਉੱਥੇ ਤੇ ਮੁੱਤ ਰਾਤ ਨੂੰ ਸੋਇਆ ਸਵੇਰ ਮਰ ਗਿਆ ਰਾਤ ਨੂੰ ਸੋਇਆ ਸਵੇਰ ਨੂੰ ਮਰ ਗਿਆ ਫਤਿਹ ਤੇ ਅੱਛਾ ਬਿਮਾਰੀ ਪੈ ਜਾਂਦੀ ਬਿਮਾਰੀ ਪੈ ਗਈ ਮੈਂ ਬਿਮਾਰੀ ਆਪੀ ਪੈ ਗਈ ਓਏ ਹਮਾਂ ਮੈਂ ਮੋਤਨਾ ਮੈਂ ਸਭ ਕੁਝ ਕਰਦਾ ਕੋਈ ਨਾ ਕੋ ਬਮਾਨੀ ਹਾਂ ਮੈਂ ਆਪਣਾ ਪਿੰਡ ਨਹੀਂ ਕਦੀ ਯਾਦ ਆਇਆ ਕਰਤਾ ਕਦੀ ਯਾਦ ਕੇ ਕਰਦੇ ਹਾਂ ਯਾਦ ਕੇ ਕਰਦੇ ਹਾਂ ਕਿਉਂ ਆਹ ਹੋਸ਼ੇ ਪਾਉਣ ਲੱਗ ਜਾਂਦਾ ਮਨ ਜਹਾਂ ਖੇਡਦੇ ਤੇ ਛੋਟੇ ਛੋਟੇ ਹੁੰਦੇ ਤੇ ਕਦੀ ਯਾਦ ਨਹੀਂ ਆਇਆ ਯਾਦ ਆਇਆ ਜਦੋਂ ਪਿਆ ਕਦੀ ਯਾਦ ਕਰਕੇ ਕਰਦੇ ਮਨ ਲਿਜੇਦਾ ਮੇਰੇ ਬਾਪਾ ਬੱਗਦੇ ਦਾ ਦੇਖ ਲੈ ਮੇਰੇ ਬਾਪਾ ਨੂੰ ਬਹੁਤਾ ਸੌਂਕਦਾ ਮੇਰੇ ਪਿਓ ਨੂੰ ਬੜਾ ਸੌਂਕਦਾ ਉਹਦਾ ਦੇਖ ਕੇ ਸਾਰਾ ਆਪਣੀ ਸਹੇਲੀਆਂ ਕਿਹੜੀ ਸੀ ਜਦ ਮੁਹੱਲੇ ਮਾ ਬੁਫੇਆਂ ਦੀਆਂ ਮਾਸ਼ਾਅੱਲਾ ਬੁਢੇ ਪੜ੍ਹਦੇ ਜਾਂਦੇ ਸਾਰੀਆਂ ਤੇ ਕਿਹੜੀ ਕਿਹੜੀ ਕੋ ਨਾਂ ਯਾਦ ਆ ਅੱਜ ਫਤ ਤਸਦੀਕ ਨੂੰ ਉਗਰੀ ਚਾਰ ਬੁਫੇ ਸਾਰੀਆਂ ਕਹ ਨਾਂ ਜਿਹੜੇ ਪੜ੍ਹਦੇ ਬੱਚੇ ਸਾਰੇ ਨਾਂ ਯਾਦ ਆ ਹਾਂ ਮਸਜਿਦ ਮੈਂ ਪੜ੍ਹੇ ਕਰਾਂ ਮਸਜਿਦ ਮੈਂ ਪੜ੍ਹੇ ਲੇਖ ਅਸਤਾਜੀ ਪੜ੍ਹਾ ਬਈ ਮਾਜੇ ਨੂੰ ਆ ਤਾ ਕਿਹੜਾ ਕਿਹੜਾ ਕਾਇਦਾ ਹੋਵਾ ਦਾ ਸਕੂਲ ਕਾ ਜਨ ਜਿਓ ਕਿਤੇ ਵਾਹਣ ਇਹ ਛੋਟੀਆਂ ਮਿੱਤੇ ਮਿੱਤੇ ਹੋ ਜਾਣ ਹਮ ਉਰਦੂ ਦੇ ਅੱਛਾ ਰਾਹਣ ਬਕਤ ਤਖਤੀ ਵੀ ਲਿਖੇ ਕਰਾਂਗੇ ਤਖਤੀ ਵੀ ਲਿਖੇ ਕਿ ਗਾਇਲਾਂ ਦੀ ਮਰ ਅਸਤੇ ਅਜੂ ਹੈ ਜੇ ਤਾਂ ਉਹਨੂੰ ਕਰਬੂਟ ਕਰ ਰ ਜਨਰਲ ਹਾਂਜੀ ਅਲ ਹਮਦੁਲਿਲਾ ਅੱਲਾ ਪੁਰ ਰਹਿਮਤਾ ਉਹਨੂੰ ਤੇ ਤਾਂ 6000 ਸਾਲ ਅੱਛਾ ਹਾਂਜੀ ਬਹੁਤ ਅੱਛਾ ਸਾਲ ਤੇ ਦੇਖ ਲਿਆ ਉਹਨੇ ਜਿਹੜੇ ਜਿਹੜੇ ਪੜਾ दिए ਹਾਂ ਅੱਲਾ ਕਿਸੇ ਰਹਿਮ ਤੇ ਗਾਇਲ ਉਸ ਤੇ ਨਹੀਂ ਚੱਲ ਰਹੀ ਹੈ ਕੁਰਾਨ ਪਾਕ ਪੜ ਲਿਆ ਹਾਂ ਮਾਸ਼ਾਅੱਲ ਨਾ ਮੈਂ ਯਾਰ ਮਿਸਬਾਰ ਕਰਤੀ ਜਦੋਂ ਯੋ ਹੋਇਆ ਜਾੜਾ 11ਵਾਂ ਯਾਰਵਾ 11ਵਾਂ ਫੇਰ ਉਰਾ ਕਪੜਾ ਪੜੇਗਾ ਹਾਂ ਉਹ ਜੀ ਅੱਗ ਉਹਨਾਂ ਦੇ ਬੁੱਤੇ ਉਹ ਹੀ ਪ੍ਰੀਮੇਖ ਪਰ ਮੁੱਜ ਮਨ ਯਾਸੀਨ ਮੁੱਜਵਾਨੀ ਮੰਦੰਬੇਲ ਮੁੱਜਵਾਨੀ ਬਾਕੀ ਅਛੂੜ ਤੋਂ ਮੁੱਜਵਾਨੀ ਨੇ ਸਭ ਕੁਝ ਮੈਂ ਅਸਤਾਜ ਉਹ ਹਜੇ ਤੇ ਅੱਲਾ ਉਸ ਜਦ ਵਹਰਾਂ ਹਾਂ ਤੇ ਬਾਹਰ ਖੇਲਣ ਖੁਲਣ ਜਾਇਕਰਾਂ ਤੇ ਹਾਂ ਬੱਚੇ ਕੁ ਪਤੇ ਬੁੱਤੇ ਹਾਂ ਉਹਨਾਂ ਨੇ ਖੇਡ ਲਿਆ ਜੇ ਬਾਹਰ ਅਬੇ ਕਬਰਾਂਆਂ ਕਬਰਾਂ ਦੇ ਪਾਸ ਐਡੇ ਛੱਪੜ ਦਾ ਉਸਕੇ ਉੱਪਰ ਖੇਲ ਬਣਾਏ ਜਾਂਦੇ ਫੇਲੀ ਜਾਂਦੇ ਜੱਟਾਂ ਦਾ ਜਾਣ ਹੋਵੇ ਤੇ ਪੜਨਾ ਜਾਂਦੇ ਨਾ ਅੱਛਾ ਹੂੰ ਵਾਜੀ ਹੂੰ ਤੇ ਆਪਣੇ ਖੂ ਵੀ ਹੋਵਾਂ ਤੇ ਖੂ ਹਾਂ ਮਾਸ਼ੱਲਾ ਕਿਹੜੇ ਪਾਸਾ ਪਿੰਡ ਤੇ ਉਧਰ ਗੱਲੋ ਲੱਗਦੀ ਤੇ ਟਾਂਡੀਆਂ ਬੈਠਾ ਹਾਂ ਅੰਬਾੜਾ ਹੂੰ ਬਿੱਲੂ ਵਾਲਾ ਇੱਕ ਅੰਬਾ ਵਾਲਾ ਤਾਂ ਇੱਕ ਪੀਪਲ ਵਾਲਾ ਹਾਂਜੀ ਹਾਂ ਇੱਕ ਤਾਂ ਸੇ ਵਾਲਾ ਸੇ ਉਹ ਬੜੀਆਂ ਰਹਿ ਗਏ ਹਾਂ ਜੀ ਨਦੀਆਂ ਤੇ ਉਸ ਕਾ ਨਾ ਸੇ ਵਾਲਾ ਪੈ ਗਿਆ ਹਾਂ ਸਾਰੇ ਹਾਂ ਇੱਕ ਨੱਬੀਆਂ ਵਾਲਾ ਰਹੀ ਨੱਬੀਆਂ ਸਾਰੇ ਨੱਬੀਆਂ ਦੇ ਉੱਚੀ ਰਹੇ ਦੇ ਵੀੜੇ ਦੇ ਵਿਚੰਦੇ ਤੇ ਅੱਛਾ ਹਾਂਜੀ ਇਹ ਕੋਈ ਜਣੀਆਂ ਇਹ ਸਾਰੇ ਇਹ ਉੱਚੀ ਵੀੜ ਮੇ ਰਹਿੰਦੇ ਮਾਰਗਾਂ ਅੱਛਾ ਆਪਣਾ ਘਰ ਕਿਸ ਤਰ੍ਹਾਂ ਦਾ ਦਾਮਾ ਬਚਰੇ ਮਾਰ ਸਰਕਾਰ ਬਚਰੇ ਕਿਸ ਤਰ੍ਹਾਂ ਦਾ ਬਣੇ ਹੋਇਆ ਤੀਸਰਾ ਮਸਾਲਾ ਦੋ ਉੱਪਰ ਤੇ ਬਾੜੇ ਤੇ ਤਿੰਨ ਗਲੀ ਟੋੜ ਤੇ ਲੰਬੀ ਗਲੀ ਸੀ ਲੰਬੀ ਗਲੀ ਗਲੀ ਪਿਆਰ ਗੱਬੇ ਨਾਲ ਇੱਕ ਇੱਕ ਦੇ ਚੱਤੇ ਕਾ ਇੱਕ ਦੂਸਰੇ ਚੱਤੇ ਕਾ ਪੀਸੇ ਚੱਤੇ ਕਾ ਇੱਕ ਚੱਤੇ ਚੱਤੇ ਤੇ ਪੰਡਿਓਂ ਤੇ ਫੇਰ ਵਗ ਗਈ ਲੰਬੀ ਜਾ ਕੇ ਇਸ ਰੰਜੀੂ ਕੇ ਜੋ ਟੋੜ ਜਾ ਕੇ ਮੈਂ ਹੂੰ ਸਮਾ ਮਾਦੀ ਦੀ ਖਸਾ ਸਮਾ ਮਾ ਜੇ ਲੈ ਕੇ ਲੈ ਕੇ ਇੰਨਾ ਸੋਹਣਾ ਘਰ ਬਣਿਆ ਹੋਇਆ ਹਾਂ ਹਾਂ ਇੰਨਾ ਸੋਹਣਾ ਬਣ ਗਿਆ ਤੇ ਈ ਹਿ ਛੱਡ ਕੇ ਆ ਗਏ ਫਿਰ ਅੱਛਾ ਫਿਰ ਕਿਉਂ ਮਰਨ ਰਖ ਦੀ ਨਹੀਂ ਜਦੋਂ ਆਏ ਤੇ ਫਿਰ ਤਾਲੇ ਤੂਲੇ ਨਹੀਂ ਲਾਗਾਇਆ ਤੂੰ ਵਤੂ ਬਸ ਤੂੰ ਉਥੇ ਚਾਈ ਲੈ ਸੁਧਰੇ ਦੀ ਮਾਨ ਹੂੰ ਤੂੰ ਵਤੂਆ ਹਾਂ ਤੂੰ ਕਹਿੰਦੇ ਕਾਦੇ ਨਿਕਲੇ ਕਾਦੇ ਨਿਕਲੇ ਬੁਰਾ ਵਕਤ ਆ ਗਿਆ ਤਾਂ ਹੈ ਹਰ ਫਿਰ ਮੈਂ ਟੈਨਸ਼ਨ ਆਵਾ ਜਿੱਦ ਹਾਂ ਹਟਿਆ ਕਰੀ ਆ ਗਏ ਰੋਗ ਬੋ ਮੇ ਪਾਕ ਈ ਆ ਗਏ ਹਾਂ ਮਨ ਉਜਾਰਨ ਵਾਸਤੇ ਆਜੇ ਪਾਕਿਸਤਾਨ ਜਿਉਂ ਦੂਰ ਆ ਜਾ ਜਾਂ ਜਿਹੜਾ ਆ ਜਾ ਤੁਰਾ ਜੁਰਾ ਉਰੇ ਪਾਕਿਸਤਾਨ ਮਨ ਆ ਜਾ ਮਤਾਂ ਉਰੇ ਪਰਵਾਹ ਤੇ ਪਾਸ ਮੰਨ ਨਹੀਂ ਆਦੀ ਮਨ ਉਜਾਰਨ ਬੰਨ ਮਿੰਦੇ ਦੇ ਮਨ ਅੱਛਾ ਮੈਂ ਤਾਂ ਬਾਹਰ ਲਾਇਆ ਤੇ ਫੇ ਮੈਮਨ ਬਾਹਰ ਤੇ ਫੇ ਦੋਵੇਂ ਹੀ ਨੇ ਮਨ ਤੇ ਕਿ ਦੇ ਰੱਬ ਕਰੀ ਜੁ ਮਨ ਤੇ ਕਰ ਕੇ ਫੇ ਹਮ ਕਿਉਂ ਰਹੇ ਜੇ ਅਮਾ ਜਿਹੜੇ ਬਡੇ ਸਕੂਲ ਮੈਂ ਜਾਇ ਕਰਾਂ ਤੇ 10ਵੀਂ ਮਾ 12ਵੀਂ ਮਾ ਉਹ ਕਹਾਂ ਪੜੇ ਕਰਾ ਦੇ ਮੈਂ ਤਾਂ ਛੂਟੇ ਪੜਦੇ ਯੋਹੀ ਪੜਦਾ ਮਸ਼ੀਨਰ ਮਸ਼ੀਨਰ ਆ ਯੋਹੀ ਪੜੇ ਕਰਦਾ ਮਸ਼ੀਨਰ ਮਾ ਅੱਛਾ ਮੈਂ ਮਾਰੇ ਤਾਂ ਮਰਾ ਸਾਰੀ ਵਹੀ ਸਕੂਲ ਕਪੜਾ ਵੇਚਾ ਵਾਹੀ ਜੋ ਇਹ ਖਾ ਬੇਤਾ ਵਾਹੀ ਜੋ ਹਾਂ ਜਦੋਂ ਵਿਆਹ ਹੋਵਾਂ ਤੇ ਵਾਹ ਕੁੜੀਆਂ ਕੇ ਤੇ ਬੋਲੀਆਂ ਪਾਇਕਰਾਂ ਦੇ ਹੈ ਬੋਲੀਆਂ ਕੋਈ ਨਹੀਂ ਪਾਈ ਸੀ ਵਾਹ ਹਾਂ ਨਾ ਨਾ ਵਾਹ ਨਹੀਂ ਬੋਲੀਆਂ ਮੈਂ ਵਾਹ ਤੇ ਫੇਰੀ ਲਾਇ ਕਰੀ ਤੇਰੇ ਤੇਰੇ ਮੰਗ ਮੇਰੇ ਮੰਗ ਤੇਰੇ ਮੇਰੇ ਮੰਗ ਨਹੀਂ ਲਾਇ ਕਰੀ ਕੋਈ ਯਾਦ ਆ ਨਹੀਂ ਨਹੀਂ ਆ ਜਾ ਨਾ ਮਨੇ ਕਰੇ ਅੱਛਾ ਮਾਰੇ ਹਾਸ ਅੱਜ ਨਹੀਂ ਕੁਝ ਕਰਨ ਦੇ ਤੇ ਟੋ ਟੋ ਬੋਲੀਆਂ ਵੀ ਨਹੀਂ ਪਾਣ ਦੇ ਮਾ ਨਹੀਂ ਬੋਲੀਆਂ ਮਾ ਨਹੀਂ ਬਹਿ ਜਾ ਤੇ ਬਿਆ ਮਾ ਮਾ ਕਿਆ ਹੋਵਾ ਤਾਂ ਖਾਵਾਂ ਤੇ ਕਿਆ ਜਨ ਪਿਆ ਹੋਵਾ ਤੇ 10 ਚੋਰ ਇੱਕ ਦਿਨ ਹਮ ਅਗਲੇ ਦਿਨ ਫੇਰ ਮਿੱਠੇ ਚ ਅਗਲੇ ਦਿਨ ਪੁੱਤ ਜੋ ਮਾਰ ਦੀ ਦੇ ਦੇ ਪਾ ਮਾਂ ਬਿਲੇ ਬਿਆਂ ਦੇ ਦੇ ਪਾ ਮਾਂ ਬੁਰਾ ਦੇ ਜੇ ਤਾਂ ਕੀ ਨਾ ਕੋਲ ਲਿਆ ਅਗਲੇ ਫਾਇਗਰੇ ਤੇ ਬੁਰਾ ਆ ਕੇ ਆਪਣੀ ਆਪਣੀ ਦਿਨਾਂ ਪਾ ਲੇ ਗਏ ਅੱਛਾ ਹਾਂਜੀ ਇੰਨਾ ਕੀ ਹਾਂ ਇਹ ਦੇਸੀ ਚੀਜ਼ ਹੈ ਮੈਂ ਕਿਉਂ ਤੇਰੇ ਦੁੱਧ ਵੇਚੇ ਨੇ ਦੁੱਧ ਵੇਚੇ ਨਹੀਂ ਤੇ ਹੁਣ ਕੋ ਬਾਤ ਹੋਵਾ ਮਾਂ ਕਹਿੰਦੀ ਮੇਰੀ ਮਾਂ ਕਹਿੰਿਆ ਕਿ ਜਿੰਨੇ ਦੁੱਧ ਵੇਚ ਦੇ ਨੇ ਪੁੱਤ ਵੇਚ ਦੇ ਅੱਛਾ ਉਹ ਬਸ ਮਾਰ ਕੇ ਅੱਡੇ ਦੇ ਚਾਟੇ ਦੀ ਕੀ ਕੇ ਬਸ ਮੈਂ ਤੇ ਕੀ ਮੁੱਲ ਵੀ ਮਿਲ ਜਾਂਦਾ ਹਾਂ ਹਾਂ ਵਹਾਂ ਸਾਰਿਆਂ ਕੇ ਜੀਆਂ ਕੇ ਮੱਝਾਂ ਦੀਆਂ ਮੁੱਲ ਕੇ ਕਰਨ ਲੱਗ ਜਾਂਦੇ ਜੀ ਅੱਛਾ ਹਾਂ ਜਦੋਂ ਵਿਆਹ ਹੋਵਾ ਤਾਂ ਫਿਰ ਤਾਂ ਖੁੱਲਾ ਪੀਂਦੇ ਹੁਣ ਜਨ ਜਲੇ ਅਗੇ ਬਾਹਰ ਕੇ ਮਾ ਪਾਪਾ ਕਿੱਦੇ ਹੈ ਤੇ ਕੀ ਕੀ ਹਾਂ ਜੀ ਵਾਹ ਜੀ ਵਾਹ ਫਿਰ ਤਾਂ ਖੁੱਲਾ ਹੀ ਕੀ ਹੋਗਾ ਨਾ ਕੀ ਸ਼ੱਕਰ ਨਾ ਸ਼ੱਕਰ ਨਹੀਂ ਬੂਰਾ ਹੋਵੇਗਾ ਅੱਛਾ ਬੂਰਾ ਹੋਵੇਗਾ ਚੋਲਾਂ ਪਾ ਪਾ ਲੈਂਦੇ ਹਾਂ ਹਾਂ ਜੀ ਪਰ ਪਰ ਕੇ ਜੈਨੂ ਪਰ ਪਰ ਕੇ ਕੋਲੇ ਪਰ ਪਰ ਕੇ ਠੀਕ ਹੈ ਤੇ ਗੋਸ਼ਤ ਵੀ ਖਾਇ ਕਰਾਂਦੇ ਗੋਸ਼ਤ ਮਾਰਿਆ ਆਪਣੇ ਰੋਜ਼ ਕੱਟਿਆ ਕੀ ਕਰੇ ਕਰਾਂਦੇ ਸਿਤਾਰੀ ਬਾਹਰ ਥੋੜਾ ਮਾਰੀ ਸ਼ਿਕਾਰ ਕੇ ਲੈ ਕੇ ਆਉਂਦੇ ਅੱਛਾ ਕੌਣ ਖੇਲੇ ਕਰਾਉਂਦਾ ਮੇਰੇ ਬਾਪ ਸ਼ਿਕਾਰ ਹਾਂਜੀ ਮਾਰ ਕੇ ਲਿਆਏ ਤੇ ਖਾ ਲਿਆ ਸਾਰੇ ਦਿਨ ਸਾਰਾ ਦਿਨ ਘਰ ਗਏ

ਅੱਛਾ ਹਾਂਜੀ ਉਰੇ ਆ ਕੇ ਵੀ ਅੱਜ ਸਾਬਨੇ ਦੋ ਮੱਧਾਂ ਲੈ ਲਈਆਂ ਫਿਰ ਆਪ ਵੀ ਕਰਿਆ ਸਭ ਜਿਹੜਾ ਆਪਣਾ ਪਿੰਡ ਦੱਸਿਆ ਕਿ ਆ ਧਾਂਦੀਆਂ ਹਾਂ ਇਸ ਦਾ ਜ਼ਿਲ੍ਹਾ ਕਿਹੜਾ ਥਾ ਪਟਿਆਲਾ ਦੇ ਤਾ ਹਾਂ ਜੇ ਨਹੀਂ ਰਸਮਾਂ ਤੇ ਰੰਗਰੀ ਨਹੀਂ ਮਾਤਾ ਮਾਤਾ ਅੱਛਾ ਹਾਂਜੀ ਧਾਂਦੀਆਂ ਪਿੰਡ ਦਾ ਜਿਹੜਾ ਜ਼ਿਲ੍ਹਾ ਤਾ ਉਹ ਕਰਨਾਲ ਤਾ ਅੱਛਾ ਤੇ ਕਰਨਾਲ ਕਿੰਨੀ ਦੂਰ ਤਾ ਆਪਣੇ ਤੋਂ ਹਾਂ ਬਾਬਾ ਦੂਰ ਤਾ ਬਹੁਤ ਦੂਰ ਤਾ ਜਾਣ ਲਿਆ ਹੋਰ ਅੱਛਾ ਹਾਂਜੀ ਕਦੀ ਗਏ ਤੇ ਕਰਨਾਲ ਨਹੀਂ ਨਹੀਂ ਜਾਜਟੇ ਨਹੀਂ ਰੈਗਟੇ ਲੰਬੜ ਹੁਰੂ ਤੇ ਉਮਾਰ ਅੱਛਾ ਸੀ ਸੀ ਨਹੀਂ ਨੇ ਹਾਂ ਹਾਂ ਧਾਨੀਆਂ ਕਰਨਾਲ ਮਾ ਦਾ ਹਾਂ ਪਹਾ ਜਿਲ੍ਹਾ ਹਾਂ ਅਗਰੇਜੀ ਦਾ ਜਿਲ੍ਹਾ ਕਰਨਾਲ ਦਾ ਤਹਿਸੀਲ ਕਿਹੜੀ ਸੀ ਉਸकी ਪਤਾ ਨਹੀਂ ਤੇ ਇਹਨਾਂ ਦਾ ਪਿੰਡ ਜਿਹੜਾ ਝੁਲਕਾਂ ਦਾ ਯੋ ਰਿਆਸਤ ਮਾ ਦਾ ਯੋ ਰਿਆਸਤ ਮਾ ਦਾ ਜੋ ਕਾਮ ਸਿੰਘਣਟਾ ਯੋ ਬਰਹਾ ਪਰ ਮਲਕ ਪਰ ਯੋ ਤਿੰਨੇ ਪਿੰਡ ਦੇ ਬੈਰੂ ਇਹ ਸਾਰੇ ਰਿਆਸਤ ਮਾ ਦੇ ਇਹ ਸਾਰੇ ਰਿਆਸਤ ਮਾ ਦੇ ਮਰਕੱਲੀਲਾ ਪਿੰਡ ਦਾ ਤੁਸੀਂ ਬਸ ਜਿਹੜਾ ਧਾਂਦੀਆਂ ਦਾ ਹਾਂ ਉਹ ਹੀ ਚ ਬਸੀ ਕਰਨਾਲ ਮਾ ਕਰਨਾਲ ਮਾ ਵਾਹ ਜੀ ਵਾਹ ਤੁਸੀਂ ਅੰਗਰੇਜ਼ ਨਾਲ ਤੇ ਇਹ ਰਿਐਕਟਮੈਂਟ ਇਹ ਰਿਐਕਟਮੈਂਟ ਉਹਨੇ ਕਹਿੰਦਾ ਕੋਈ ਕੁਰਬਾਨੀ ਕਰਨੀ ਤੇ ਮਰਸ ਆ ਮਾ ਬੇਟੀ ਅੱਛਾ ਉਹ ਰੋ ਰੋਈ ਨਾ ਨਿਕਲਿਆ ਕੋਈ ਹਾਂ ਮਾਰੇ ਤਾਂ ਆ ਮੱਕਾ ਅੱਛਾ ਆਪਰ ਮਾ ਤੇ ਉਹ ਕੁਰਬਾਨੀ ਆ ਮੈਂ ਤੇ ਇਧੇ ਇਧੇ ਨਾ ਗਾਇਆ ਮੈਂ ਇਧੇ ਜੀਨ ਦੀਆਂ ਵੀ ਫੜ ਲੈ ਕੇ ਤੇ ਮਾਰ ਦੇ ਬਿਲੀ ਗਏ ਮੈਂ ਅੱਛਾ ਤੇ ਪੁੱਤ ਖਿਆਲ ਕਰਾਂਗੇ ਕੋਈ ਨਹੀਂ ਆਪਣਾ ਹਾਂ ਬੇਟੇ ਪੁੱਤ अच्छा बड़े माशाल्लाह बहुत आ केड़ा प्यार करा पुत्र सारे बहुत प्यार करा अच्छा सारे करा एक होवा ना जेड़ा बहुत आ करा प्यार नहीं सारे करा यो हमारी बड़ी ताई धरी अच्छा यो हमारी मत यो बस ने जो हमारे यहां अच्छा हां ये तो अभी रात बा ये बात है फिर अल्लाह ने रंग सारे पहने हैं अल्हम्दुलिल्लाह तो सारे इन रखे